ਬੈਠਾ ਜਿਵੇਂ ਕੁੱਤਾ ਬੱਧਾ ਹੁੰਦਾ ਉਹ ਜਾਦੂ ਤੈਨੂੰ ਕਿਹਾ ਹੈ ਵੀ ਗੈਰਤਮੰਦ ਬੰਦਾ ਹੋਇਆ ਕੋਈ ਗੈਰਤ ਵਾਲਾ ਅੱਲਾ ਦੀ ਕਸਮ ਤੋਂ ਲੱਭ ਕੇ ਠੱਬਦਾ ਹੀ ਨਹੀਂ ਤਵੀਰ ਤਾਂ ਕੀ ਕਰਨ ਦੀ ਕਿ ਤੂੰ ਅੱਲਾ ਨੂੰ ਸੋਣਾ ਚਾਹੁੰਦਾ ਤਾਂ ਤੇਰੀ ਉਹਨੂੰ ਆਹ ਜੇ ਤੂੰ ਵਲੀ ਅੱਲਾ ਹੋਇਆ ਤੂੰ ਪਿਆਰਾ ਉਹਦਾ ਹੋਇਆ ਤਾਂ ਫਿਰ ਤੇਰੀ ਮੰਨ ਲਏਗਾ ਆਪਾਂ ਬਾਬੇ ਕੋਲ ਇਹੋ ਹੀ ਕਰਨਾ ਉਹਨੇ ਹੋਰ ਚ ਲੈਣ ਆਉਣੇ ਇਹੋ ਹੀ ਉਹਨੂੰ ਕਹਿੰਦੇ ਹੈਗੇ ਬਾਬਾ ਜੀ ਦੁਆ ਕਰੋ ਆਹੋ ਤੇ ਉਹਨਾਂ ਕਿਹਾ ਅੱਲਾ ਉਹਨਾਂ ਨੂੰ ਕਿਹਾ ਅੱਲਾ ਨੇ ਕਿ ਮੈਂ ਮੰਨਦਾ ਮੇਰੇ ਪਿਆਰਿਆਂ ਦੀ ਦੁਆ ਅਰਜ ਕਬੂਲ ਕਰਤਾ ਹੂੰ ਕਹਿਣ ਡੈ ਅਰਜ ਕਰਨ ਵਾਲੇ ਕੀ ਅਰਜ ਕਬੂਲ ਕਰਤਾ ਅੱਲਾ ਤੇ ਮੰਨਦਾ ਤੂੰ ਕਹੇਂਗੇ ਤਾਂ ਇਹਨਾਂ ਦੇ ਜੇ ਤੂੰ ਉੱਥੇ ਪੀਰਾਂ ਦੀ ਬੁੰਡ 'ਚ ਵੜਿਆ ਕਰੇ ਪੀਰ ਤੈਨੂੰ ਕਹਿ ਤੂੰ ਤਾਂ ਖਤਮ ਜਾ ਕੇ ਤੂੰ ਕਹਿ ਦਿੰਦਾ ਜੇ ਕੋਈ ਦਿੰਦਾ ਉਹ ਵੀ ਉਹ ਜਿਹੜਾ ਦੁਆ ਕਰ ਰਿਹਾ ਸਾਡੇ ਤਵੀਰ ਧਾਗੇ ਦਾ ਜਾਦੂ ਚੂਣੇ ਇਹ ਇਸਲਾਮ ਦਾ ਕੰਮ ਸਾਰਾ ਉਹਦਾ ਵੀ ਲਿਖਿਆ ਕੁਰਾਨ 'ਚ ਦੋਹਾਂ ਤੁਹਾਨੂੰ ਬਕਾਇਦਾ ਰਾਹ ਨਾ ਅੰਨ ਕਰਨਾ ਪਤਾ ਨਹੀਂ ਕੀ ਲਿਖਾ ਦੇ ਉਹਨਾਂ ਨੂੰ ਫਰਮਾਇਆ ਨਹੀਂ ਤੂੰ ਨਹੀਂ ਪੜ੍ਹਨੇ ਉਹ ਇਹਨਾਂ ਨੇ ਪੜ੍ਹੇ ਹੁੰਦੇ ਨੇ ਇੱਕ ਕੁਰਾਨ 'ਚ ਆਏ ਤੇ ਅੱਲਾ ਕਹਿੰਦੇ ਪਹਿਲੇ ਜਿਨ੍ਹਾਂ ਨੇ ਬੰਦਿਆਂ ਕੋਲੋਂ ਕੰਮ ਲਿਆ ਬੰਦਿਆਂ ਨੇ ਜਿਨ੍ਹਾਂ ਕੋਲੋਂ ਕੰਮ ਲਿਆ ਇਹ ਆਪਸ ਵਿੱਚ ਇਹਨਾਂ ਦਾ ਕੋਈ ਹੈਗਾ ਸਬਕ ਹੁੰਦਾ ਉਹ ਤੇ ਆ ਜਾਂਦਾ ਗਿਆ ਕਾਲਾ ਜਾਦੂ ਜਿਹੜਾ ਖੁਦਾ ਵਾਲੀ ਗੱਲ ਅੱਲਾ ਵਾਲੀ ਉਸ ਬੰਦੇ 'ਤੇ ਲਾਣਤ ਪਏਗੀ ਬੇਸ਼ੁਮਾਰ ਵੀ ਉਹਨਾਂ ਦਾ ਬੂਹਾ ਛੱਡ ਕੇ ਹੋਰ ਪਾਸ ਹੋਇਆ ਇਸ਼ਕ ਦਾ ਇਲਮ ਇਹ ਸਾਡਾ ਤੋਂ ਉੱਥੇ ਹੀ ਲਾਣਤ ਪੈ ਗਈ ਉਹਨੂੰ ਵੀ ਛੱਡ ਕੇ ਯਾਰ ਦਾ ਘਰ ਖਾਲਕ ਆਪਣੇ ਦਾ ਕਿਸੇ ਹੋਰ ਗੱਲ 'ਚ ਲੱਗਾ ਉਹ ਸਿਰਫ ਲੋਕਾਂ ਕੋਲ ਪਿਆ ਹੈ ਰੋਟੀ ਦਾ ਰੌਲਾ ਕਰ ਇੰਨਾ ਸਿਰ ਬਾਅਦ ਲੋਕ ਦੁਨੀਆਂ 'ਤੇ ਵੀ ਜ਼ਲੀਲ ਆਖਰਤ 'ਤੇ ਵੀ ਜ਼ਲੀਲ ਇੱਥੇ ਵੀ ਜ਼ਲੀਲ ਹੀ ਹੁੰਦੇ ਤੈਨੂੰ ਕਿਹਾ ਹਾਂਜੀ ਤੈਨੂੰ ਕਦੇ ਤੈਨੂੰ ਮੈਂ ਕੀ ਕਹਾਂ ਵੀ ਉਹ ਨਾ ਇੰਨੀ ਗਰਮੀ 'ਚ ਫਿਰ ਵੀ ਉਹਨੇ ਉਹ ਪੱਗ ਬੰਨ ਉਹਨੇ ਉਹ ਬਣ ਕੇ ਨਾ ਪਾ ਕੇ ਵਰਦੀ 'ਤੇ ਉਹਨੇ ਬਹਿਣਾ ਕੋਈ ਇੱਜ਼ਤ ਹੀ ਨਹੀਂ ਉਹਦੀ ਕੋਈ ਗੱਲ ਹੀ ਨਹੀਂ ਵਲੀ ਅੱਲਾ ਹੁੰਦਾ ਜਿਹਦੀ ਅੱਲਾ ਦੁਆ ਕਬੂਲ ਕਰ ਅਸੀਂ ਕਿਤੇ ਜਾਵਾਂਗੇ ਵੀ ਸਾਡੇ ਤੋਂ ਕੋਈ ਵੱਡਾ ਹੋਏਗਾ ਇਹੋ ਹੀ ਕਹਾਂਗੇ ਬਾਬਾ ਜੀ ਦੁਆ ਕਰੋ ਅੱਲਾ ਖੈਰ ਕਰੇ ਅੱਲਾ ਰਹਿਮਤ ਕਰੇ ਜਿੰਨੇ ਆ ਬਾਬੇ ਹੁੰਦੇ ਨੇ ਇਹੋ ਹੀ ਹਕੀਕਤ ਹੈ ਬਾਬਾ ਕੋਲ ਜਾਈਦਾ ਬਾਬਾ ਜੀ ਕੋਲ ਦੁਆ ਕਰਾਈ ਦੀ ਆਪ ਮਨ ਨੇ ਆਖੀਦਾ ਕਿ ਬਾਬਾ ਹੱਕ ਸਾਹਿਬ ਜਿਹੜੇ ਨੇ ਉਹ ਹੀ ਪਤਾ ਲੱਗਦਾ ਅੱਲਾ ਦਾ ਮਿਲਾਂਗੇ ਉਹ ਅੱਲਾ ਉਹਦੀ ਸੁਣਦਾ ਅਤੇ ਆਪਾਂ ਉਹਦੇ ਕੋਲ ਦੁਆ ਕਰਾਈਏ ਦੁਆ ਤੋਂ ਕਿਤੇ ਗੱਲ ਹੀ ਕੋਈ ਨਹੀਂ ਸ਼ਰ ਪੈਦਾ ਕਰਦੇ ਨੇ ਅੱਗੋਂ ਸਾਡੀ ਕੌਮ ਹੈ ਭੋਲੇ ਲੋਕ ਨੇ ਲੱਗੇ ਸਾਡੀ ਕੌਮ ਤਾਂ ਨਾ ਬਿਲਕੁਲ ਹੀ ਉਹ ਸਾਡੇ ਤੋਂ ਅੱਗੇ ਤੋਂ ਇੰਡੀਆ ਚਲਾ ਜਾਣਾ ਉੱਥੇ ਹਲੇ ਇਨਸਾਨੀਅਤ ਨਹੀਂ ਆਈ ਅਜੇ ਉਹ ਬੰਦਿਆਂ ਨੂੰ ਪਤਾ ਨਹੀਂ ਅਸੀਂ ਕੌਣ ਆ ਕੀ ਆ ਉਹ ਆਪਣੇ ਕਬਲ ਮਗਲ ਮਾਰਦੇ ਪਏ ਨੇ ਕਰਦੇ ਚਲੇ ਗਏ ਉੱਥੇ ਇਲਮ ਹੀ ਕੋਈ ਨਹੀਂ ਸਾਡੇ ਇੱਥੇ ਪੂਰਾ ਇਲਮ ਹੈ ਮੁਕੰਮਲ ਕਿਉਂਕਿ ਇਹ ਬਾਬੇ ਧਰਤੀ ਹਾਂਜੀ ਪਰ ਉਹ ਫਿਰ ਵੀ ਇੰਨੇ ਖੋਤੇ ਨੇ ਵੀ ਉਹ ਫਿਰ ਉਹੀ ਰਾਤ ਉਹ ਚਵਲ ਜਿਹਾ ਜਿਹੜਾ 10 ਰੁਪਏ ਤੇ ਤੋਂ 20 ਰੁਪਏ ਲੈਂਦਾ ਐਵੇਂ ਹੀ ਹਾਂਜੀ ਚਲ ਇਹ ਤੂੰ ਸੋਚ ਲਾ
ਜਿਹੜਾ ਬੰਦਾ ਆ ਤੈਨੂੰ ਤੂੰ 100 ਅਪਣਾਵੇਂ 500 100 ਅਪਣਾਵੇਂ 500 ਉਹ ਚੰਗਾ ਵੀ ਉਹ ਮੋਸ਼ੇ ਦਾ ਚੰਗਾ ਫਕੀਰ ਹੈ ਵੀ ਉਹਨੂੰ ਤੂੰ ਯਾਦ ਸੋਹਣਾ ਕਰਦਾ ਉਹਦੀ ਆਪਣੀ ਮਜ਼ਦੂਰੀ ਹੋ ਲੈਂਦਾ ਉਹਨੂੰ ਹਾਂਜੀ ਸਹੀ ਹੈ ਨਾ ਮੈਂ 2 ਦਵਾਈਆਂ ਦਿੱਤੀਆਂ ਮੈਨੂੰ ਯਾਰ ਨੇ ਪਾਇਆ ਤੇ ਉਹਨੇ ਆਖਿਆ ਇਹ ਤੇਰਾ ਲੰਗਰ ਪਾਣੀ ਹੈ ਤੈਨੂੰ ਨਹੀਂ ਕਿਸੇ ਕੋਲ ਮੰਗਣਾ ਪਏਗਾ ਅੱਲਾ ਦੇ ਹੁਕਮ ਬੋਝੇ ਭਰੇ ਨੇ ਵਾਹ ਅੱਲਾ ਪੀਰੋ ਮੁਰਸ਼ਦ ਜਿਹੜਾ ਹੈ ਅੱਲਾ ਉਹਨੂੰ ਆਪਣੇ ਹਸਤੀ ਚੋਂ ਦਿੰਦਾ ਆਪਣੇ ਕੋਲ ਕਹਿ ਲੈ ਜਿਹੜਾ ਭੈਣ ਦੀ ਲੰਨ ਲੈਣਾ ਉਹਦੇ ਕੋਲੋਂ 400 ਲੈ ਉਧਰੋਂ 500 ਲੈ ਇੱਧਰ ਜੂਦਾ ਟੂਣਾ ਜਾਦੂ ਟੂਣਾ ਤਵੀਤ ਲਿਖਣ ਲਿਆ ਤੂੰ ਸਾਲਾ ਲੱਗਣਾ ਭੈਣ ਜਦੋਂ ਅੱਲਾ ਨੇ ਫਰਮਾਇਆ ਹੀ ਨਹੀਂ ਕੁਰਾਨ 'ਚ ਕੌਣ ਤਵੀਤ ਲਿਖਣ ਲਿਆ ਕੋਈ ਆਖਿਆ ਆਹ ਨਾਮ ਪੜ੍ਹਨਾ ਇਸਮੇ ਆਦਮ ਉਹ ਲਫ਼ਜ਼ ਵੀ ਹੈਗਾ ਨਾ ਇਸਮੇ ਆਦਮ ਉਹ ਤਾਂ ਗੱਲ ਆ ਇਸਮੇ ਆਦਮ ਤਾਂ ਅੱਲਾ ਹੈ ਅੱਲਾ ਆਖੋ ਅੱਲਾ ਅੱਲਾ ਪੜ੍ਹੋ ਫਿਰ ਕਿਸੇ ਚਵਲ ਜੀ ਮਾਂ ਦਾ ਪੁੱਤਰ ਨਾ ਇਲਮ ਹੈਗਾ ਕੁੜੀ ਹੈਗਾ ਕੋਲ ਤੂੰ ਹੋਰ ਸਬਕ ਆਖੇ ਆਹ ਪੜ੍ਹੋ ਐਂ ਪੜ੍ਹੋ ਲੈ ਵੀ ਕਿਉਂ ਆਖਣਾ ਤੂੰ ਜਿਹੜਾ ਇਸਮੇ ਆਦਮ ਅੱਲਾ ਦਾ ਆਲਾ ਨਾਮ ਹੈ ਉਹਦਾ ਹੁਣ ਕਹਿ ਪੁੱਤਰ ਅੱਲਾ ਅੱਲਾ ਕਰ ਅੱਲਾ ਕੋਲੋਂ ਮੰਗ ਅੱਲਾ ਨਾਲ ਗੱਲ ਕਰ ਤੇਰੀ ਸੁਣਦਾ ਪਿਆ ਗੱਲ ਖਤਮ ਹੋਈ ਯਾਰ ਸਾਰੇ ਕੁੜੀ ਹੋਵੇ ਚਵਲ ਜਾਈਓ ਨੌਸਰਬਾਜ ਨਹੀਂ ਹੁੰਦੇ ਭੈਣ ਚੋ ਚੰਗੇ ਖਾਣੇ ਆਹ ਜਿੰਨੇ ਤੂੰ ਆਉਣ ਵਜੇ ਪੁੱਜਬ ਨਾ ਇਹ ਸਾਰੇ ਹੀ ਉਹ ਹੀ ਉਹ ਗੰਦੀਆਂ ਜਿਹੀਆਂ ਮਾਵਾਂ ਦੇ ਚੰਗੇ ਖਾਣੇ ਕੋਈ ਵੇਚੀ ਦਾ ਕੰਮ ਕਦੇ ਸੁਣਿਆ ਕਰੀਏਗਾ ਕਿ ਇਹਨਾਂ ਕੋਲੋਂ ਕਿਸੇ ਕੋਲੋਂ ਇਹਨਾਂ ਕੋਲ ਵੇਚੀ ਦਾ ਕੰਮ ਕੀਤਾ ਉੱਥੇ ਕਾਵਾ ਬਣਾਇਆ ਜੀ ਉੱਥੇ ਅੱਲਾ ਉੱਥੇ ਬੈਠਾ ਕਾਵਾ ਅੱਲਾ ਵੀ ਜਿਹੜਾ ਉੱਥੇ ਕੋਠੇ ਤਾਲਿਆ ਅੱਲਾ ਉਹਨਾਂ ਨੂੰ ਹੈ ਮਕਾਮ ਇਬਰਾਹੀਮ ਹੈ ਅੱਲਾ ਸੋਹਣੇ ਦਾ ਬੰਦਾ ਸੀ ਉੱਥੇ ਉਹਦਾ ਨਾਂ ਸੀ ਇਬਰਾਹਿਮ ਦਾ ਸਲਾਮ ਜਦੋਂ ਕਿਤੇ ਉੱਥੇ ਜਾਓ ਉੱਥੇ ਇਬਰਾਹਿਮ ਦਾ ਸਲਾਮ ਨੂੰ ਯਾਦ ਕਰਨਾ ਆਖਣਾ ਵੀ ਅੱਲਾ ਜੀ ਆਹ ਤੁਹਾਡਾ ਪਿਆਰਾ ਸੀ ਕੁਰਾਨ ਚੋਂ ਜ਼ਿਕਰ ਉਹ ਜੋ ਦੁਨੀਆਂ ਦੇ ਮੈਂ ਤੈਨੂੰ ਗੱਲ ਨਹੀਂ ਕਰਨੀ ਚਾਹੁੰਦਾ ਵਾਹਦਾ ਉੱਲਾ ਸ਼ਰੀਕ ਦੀ ਕਸਮ ਅਗਰ 50 ਬੰਦੇ 100 ਬਹਿ ਜਾਣ ਤਾਂ ਨਜਾਇਜ਼ ਪੈਸੇ ਲਾਉਂਦਾ ਐਵੇਂ ਹਰਾਮ ਨਾ ਕਿਸੇ ਕੰਮ 'ਚ ਨਾ ਕਾਰ ਨਵੀਂ ਸੋਹਣੇ ਤੱਕ ਤਾਂ ਅਸੀਂ ਕਹਿ ਸਕਦੇ ਹਾਂ ਕਿ ਵੀ ਮੈਂ ਨਵੀਂ ਸੋਹਣੇ ਉਹਦੇ ਤੋਂ ਸਲਾਮ ਕਰਨ ਗਿਆ ਕਹਿ ਸਕਦਾ ਉਹਨੂੰ ਅੱਲਾ ਦਾ ਕਵੇ ਤੂੰ ਉਂਝ ਝੂਠਾ ਇਹ ਗਰੋਹ ਬਣਾ ਦੇ ਨੇ ਗਰੋਹ ਬਣਾ ਰਿਹਾ ਆਹ ਤੈਨੂੰ ਇਸ਼ਕ ਦੇ ਵਿਹੜੇ ਕਹਿਣ ਡਏ ਹਾਂ ਐਵੇਂ ਚਵਲ ਜਿਹੇ ਲੋਕ ਹੁੰਦੇ ਚਵਲ ਜਿਹੇ ਨਹੀਂ ਤਾਂ ਅਸੀਂ ਕਾਇਨਾਤ ਸਾਰੀ ਹਾਂ ਅਤੇ ਖਾਲਕ ਸਾਡਾ ਇੱਕ ਹਸਤੀ ਇੱਕ ਉਹ ਹੈਗਾ ਹਰ ਜਗ੍ਹਾ 'ਤੇ ਕੁਰਾਨ ਜੋ ਕਹਿਣ ਡਿਆ ਜਿੱਥੇ ਚਾਰ ਤੁਸੀਂ ਪੰਜਵਾਂ ਮੈਂ ਹਰ ਜਗ੍ਹਾ 'ਤੇ ਮੈਂ ਹੁਣ ਤੁਸੀਂ ਕਹਿੰਦਾ ਨਹੀਂ ਗੱਲ ਉਹਦੇ ਨਾਲ ਕਰਦਾ ਨਹੀਂ ਉਹ ਤਵੀਤ ਤੱਕ ਕਰਾਉਣ ਪੈਦਾ ਕਰਦਾ ਫਿਰ ਤੁਸੀਂ ਆਹ ਜਿੰਨੇ ਵੇਖਿਆ ਹੀ ਨਾ ਦਰਸ਼ਾਂ ਜਾਂ ਤਾਂ ਇੱਧਰ ਉੱਧਰ ਲਾਂਤੀ ਜੇ ਚਿਹਰੇ ਹੁੰਦੇ ਹੀ ਉਹ ਮੌਲਵੀਆਂ ਦੇ ਨਾ ਕਾਲੀਆਂ ਬੂਠੀਆਂ ਭੈੜੇ ਬੂਠੇ ਮੁੰਡਿਆਂ ਮਾਰਦੇ ਮੁੰਡਿਆਂ ਦੇ ਉੱਥੇ ਸ਼ਰ੍ਹਾਂ ਜਿਹੜੀ ਇਹ ਤਾਂ ਮਨਾ ਕਰਦੀ ਹੈ ਵੀ ਬੰਦਾ 2 ਬੱਚੇ ਜਾਂ ਵੀ ਇਹ ਸ਼ਰ੍ਹਾਂ ਮਨਾ ਨਹੀਂ ਕਰੇਗੀ ਨਾ ਵੀ ਸ਼ਰ੍ਹਾਂ ਕਰੇ ਤੂੰ ਪੰਚਾਇਤ ਲੈ ਆ ਆਪਾਂ ਆਖਾਂਗੇ ਨਾ ਵੀ ਪੁੱਤਰ ਜੋ ਜਵਾਨ ਹੋਵੇ ਆਪਣੇ ਇਕੱਠਾ ਨਹੀਂ ਧੋਣਾ ਚਾਹੀਦਾ ਕਹਾਂਗੇ ਨਾ ਦਰਸ਼ਾਂ ਦੇ ਵਿੱਚ ਬੱਚਿਆਂ ਦੀ ਨਾ ਲੱਤਾਂ ਬਾਰੀਆਂ ਗਈਆਂ ਇੱਥੇ ਐਡੇ ਐਡੇ ਮੁੜੋਂ ਪਾਏ ਜਾਂਦੇ ਆ ਕੀ ਕਰਨ ਡਿਆ ਕੀ ਆ ਫੌਜ ਕਰਕੇ ਕੀ ਕਰੇਗਾ ਫੌਜ ਕਰਕੇ ਗੱਲ ਤਾਂ ਸਰ ਦੱਸਣੀ ਸੀ ਉਹਨੂੰ ਇਹ ਗੱਲਾਂ ਪਾ ਕੇ ਹੈਗਾ ਹੀ ਪੁੱਤਰ ਤੇ ਉਹਨੂੰ ਯਾਦ ਕਰਿਆ ਕਰ ਉਹਦੇ ਨਾਲ ਗੱਲ ਕਰਿਆ ਕਰ ਐਂਜੇ ਫੌਜ ਹੋ ਰਿਹਾ ਉਹ ਕੀ ਹੈ ਉਹ ਗਸ਼ਤੀ ਦਾ ਪੁੱਤਰ ਨਾ ਖਾਂਦਾ ਪੈਸੇ ਖਾਂਦਾ ਬਸ ਉਹਦਾ ਫੁੱਦੂ ਲੱਗਾ ਤੇ ਸਾਡੀ ਜਾਲ ਕੌਮ ਅੱਲਾ ਨੂੰ ਕਦੀ ਵੀ ਪੁਕਾਰਿਆ ਤੇ ਇਹਨਾਂ ਗੱਲਾਂ ਪਿੱਛੇ ਲੱਗੇ ਰਾਹ ਰੋਜੇ ਰੱਖਣ ਡੈਰ ਉਹ ਫਲਾਣ ਹੋਣ ਡਿਆ ਉਹ ਢੀਂਗ ਹੋਣ ਡਿਆ
ਸਾਰੇ ਜਹਲ ਜੇ ਜਹਲ ਤਰੀਨ ਲੋਕਾਂ ਦੀਆਂ ਗੱਲਾਂ। ਸਾਰਿਆਂ ਦਾ ਅੱਲਾਹ ਕਾਇਨਾਤ ਸਾਰੀਆਂ ਚੀਜ਼ਾਂ ਅੱਗੋਂ ਵਰਤਾ ਹੋਏਗਾ ਉਹ ਕਰੋ ਸਹੀ। ਕੋਈ ਬੰਦਾ ਚੰਗਾ ਉੱਥੇ ਨਮਾਜ਼ ਪੜ੍ਹ ਲਿਆ ਕਰ, ਮਸੀਤੇ ਵੀ ਜਾਏਗਾ ਤੇ ਹੋਰ ਖਿਆਲਾਂ 'ਚ ਵੜਿਆ ਹੋਏਗਾ। ਤੁਹਾਨੂੰ ਗੱਲ ਦੱਸਣ ਡਿਆ, ਨਮਾਜ਼ ਦੱਸਣ ਡਿਆ ਵੀ ਤੂੰ ਜਿੱਥੇ ਵੀ ਖਲੋਤਾ ਝੁਕ ਜਾ, ਅੱਲਾਹ ਨਾਲ ਗੱਲ ਕਰ, ਆਖ ਲਾ ਉਹਨੂੰ ਉਹ ਤੁਹਾਨੂੰ ਗੱਲ ਨਹੀਂ ਕਰਕੇ ਕਹਿ ਸਕਦਾ ਤੇਰੀ ਆਲਾ ਜਾਨ ਤੇਰੀ ਅਜ਼ੀਮ ਸ਼ਾਨ। ਅੱਲਾਹ ਪੀਰ ਫਕੀਰ ਯਾ ਅਲੀ ਮਦਦ ਬਿਸਮਿਲ੍ਲਾ ਜੀ ਪੀਰ ਮੌਲਾ ਜੀ ਖਰਾਬ।